मेरे जिहड़े जिहड़े मेरे डैडी सी, जिन्हां दी डैथ होई ओह मेरे डैडी सी। ਕੀ ਗੱਲ ਹੋਈ ਸਾਰੀ? ਇਹਨਾਂ ਦੀ ਗੱਲ ਹੈ ਬਾਈ ਇਹ ਕਿ ਜਦੋਂ ਮੇਰੇ ਡੈਡੀ ਨੂੰ ਉਹਨਾਂ ਘਰੋਂ ਮੇਰੇ ਮਾਮਾ ਜੀ ਨੇ ਸੱਦਿਆ ਨਾ, ਉਹਨਾਂ ਸੱਦ ਕੇ ਖੜਿਆ ਵੀ ਉਹਨਾਂ ਦੀ ਆਪ 'ਚ ਨਾਰਾਜ਼ਗੀ ਹੋਈ ਹੈ ਅਤੇ ਉਹਨਾਂ ਨੂੰ ਸਮਝਾਏਗਾ। ਇਹਨਾਂ ਸਮਝਾਉਣ ਦੇ ਬਜਾਅ ਦੇ ਬਹਾਨਾ ਲਾ ਕੇ ਲੈ ਗਏ ਘਰੋਂ, ਫਿਰ ਉੱਥੇ ਜਾ ਕੇ ਉਹਦੀ ਇਹਨਾਂ ਨੇ ਡੈਥ ਕਰੀ ਮਾਰਤਾ ਉਹਨੂੰ ਵਿਚਾਰੇ ਨੂੰ। ਮੈਂ ਜਦੋਂ ਜਾ ਕੇ ਵੇਖਿਆ ਤਾਂ ਉਹਨਾਂ ਸੱਟਾਂ ਸੋਟੇ ਮਾਰੇ ਹਨ, ਉਹਨਾਂ ਨੂੰ ਮਾਰ ਦਿੱਤਾ ਜਾਣ। ਇਹ ਮੇਰੇ ਇੱਕ ਤਾਂ ਮਾਮਾ ਸੱਕਾ ਹੈ ਗਿਆਨ ਸਿੰਘ, ਦੂਜਾ ਜਿਹੜਾ ਉਹਦਾ ਮੁੰਡਾ ਹਰਦੀਪ ਸਿੰਘ ਹੈ ਜਿਹਨਾਂ ਮਾਰਿਆ। ਇਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਕਾਹਤੋਂ ਮਾਰਿਆ ਨਹੀਂ, ਸਾਡੀ ਲੜਾਈ ਨਹੀਂ ਝਗੜਾ ਨਹੀਂ, ਕੀ ਪਤਾ ਕਿਸੇ ਕਿੱਦਾਂ ਮਾਰ ਦਿੱਤਾ ਇਹਨਾਂ। ਸਮਝਾਉਣ ਗਿਆ ਹਨ ਮੁੰਡੇ ਨੂੰ, ਸ਼ਰਾਬ ਸਮਝਾਉਣ ਗਿਆ ਹਨ, ਸਮਝਾਉਣ ਗਿਆ। ਫੁੱਫੜ ਲੱਗਦਾ ਨਾ ਸੱਕਾ ਉਹਨਾਂ ਦਾ ਜੀ, ਫੁੱਫੜ ਸੱਕਾ, ਅਤੇ ਸਮਝਾਉਣ ਮੁੰਡੇ ਨੂੰ ਗਿਆ ਸੀ, ਅਤੇ ਇਸ ਕਰਕੇ ਉਹਨੂੰ ਸਮਝਾਉਣ ਦੇ ਬਾਵਜੂਦ ਉਹਨੇ ਨਸ਼ਾ ਖਾਣੇ ਕੀਤਾ ਸੀ ਕਿ ਉਹਨੂੰ ਮਾਰ ਦਿੱਤਾ ਇਹਨਾਂ ਸਾਰਿਆਂ। ਕੀ ਮੰਗ ਕਰਦੇ? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਸਭ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ। ਜੀ ਸੇਠ ਸਿੰਘ ਕੌਣ ਸੀਗੇ? ਮੇਰਾ ਡੈਡੀ ਜੀ। ਕੀ ਗੱਲ ਹੈ? ਇੱਥੇ ਇਹ ਘਰੋਂ ਸੱਦ ਕੇ ਮਾਮਾ ਗਿਆਨ ਸਾਡਾ ਜਿਹੜਾ ਲੈ ਕੇ ਗਿਆ, ਉਹਨਾਂ ਨੂੰ ਕਹਿੰਦਾ ਵੀ ਮੇਰਾ ਮੁੰਡਾ ਲੜਦਾ ਅਤੇ ਇਹਨੂੰ ਸਮਝਾਓ ਆਣ ਕੇ। ਜੋ ਸਮਝਾਉਣ ਗਏ ਨੇ ਉਹਨਾਂ ਨੇ ਬੈਠੇ ਨੂੰ ਛੋਟਿਆਂ ਨਾਲ ਕੁੱਟਣ ਲੱਗ ਪਿਆ, ਅਤੇ ਜਦੋਂ ਨੂੰ ਸਾਡਾ ਛੋਟਾ ਭਰਾ ਗਿਆ ਮਗਰ ਜਦੋਂ ਨਹੀਂ ਪਹੁੰਚਾ, ਅਤੇ ਮਗਰ ਸਤਨਾਮ ਸਿੰਘ ਵੇਖਣ ਗਿਆ ਅਤੇ ਉਹ ਜਦੋਂ ਵੇਖ ਕੇ ਇਹਨੂੰ ਭੱਜ ਗਏ ਨੇ ਦੋ ਕੁੱਟਣ ਡਏ ਹਨ, ਅਤੇ ਉਹ ਜਾਂਦੇ ਜਾਂਦੇ ਨੂੰ ਦਿੱਤ ਹੋ ਗਈ ਇਹਨਾਂ ਨੂੰ, ਮਰੇ ਨੂੰ ਮਾਰੀ ਗਿਆ। ਕੀ ਮੰਗ ਕਰਦੇ? ਮੰਗ ਕਰਦੇ ਹਾਂ ਵੀ ਸਭ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ। ਭਿੰਡੀ ਸਿੱਧਾ ਦੇ ਅੰਦਰ ਆ ਜੀ, ਭਿੰਡੀ ਸਿੱਧਾ ਹੀ ਪਿੰਡ ਆ, ਉੱਥੇ ਕੋਈ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਮਸਲਾ ਸੀ ਆਪਸ ਵਿੱਚ, ਉਹ ਮੁੰਡਾ ਜਿਹੜਾ ਸੀ ਗਿਆਨ ਸਿੰਘ ਦਾ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ, ਅਤੇ ਉਹਨੇ ਆਪਣੇ ਭਣਵਾਈਏ ਨੂੰ ਸੱਦ ਕੇ ਲਿਆਂਦਾ ਪਿਆਰਾ ਸਿੰਘ ਨੂੰ ਕਿ ਆ ਕੇ ਸਮਝਾਓ ਭਜਾਓ ਉਹਨੂੰ ਵੀ ਮੇਰੇ ਅੱਖ ਵੀ ਲੱਗਦਾ ਕੁੱਟਦਾ ਮਾਰਦਾ। ਉਹਦਾ ਭਣਵਈਆ ਉਹਦੇ ਕਹਿਣ 'ਤੇ ਆਇਆ ਸ਼ਾਮੀ, ਅਤੇ ਮੁੜ ਕੇ ਉਹ ਸਮਝਾਉਂਦੇ ਰਹੇ ਆ, ਸਮਝਾਉਂਦਿਆਂ ਕਰਦੇ ਜੀ ਮੁੰਡਾ ਤੈਸ 'ਚ ਆ ਗਿਆ, ਅਤੇ ਨਾਲ ਹੀ ਗਿਆਨ ਸਿੰਘ ਨੇ ਮੁੜ ਕੇ ਉਹਦੇ ਨਾਲ ਪ੍ਰੋਜੈਕਟ ਹੋ ਕੇ ਅਤੇ ਉਹਨੂੰ ਸੱਟਾ ਮਾਰ ਕੇ ਅਤੇ ਟੱਕਰ ਕਰਤਾ ਜੀ। ਉਹ ਸਾਨੂੰ ਸੁਬਹਾ ਪਤਾ ਲੱਗਾ ਸੀ, ਮੁਕੱਦਮਾ ਦਰਜ ਕਰਦਾ, ਪੋਸਟਮਾਰਟਮ ਕਰਾ ਰਹੇ ਜੀ। 302 34 IPC ਦੋਸ਼ੀਆਂ ਦਾ ਕੀ ਕੀਤਾ ਜੀ? ਦੋਸ਼ੀਆਂ ਦੀ ਗ੍ਰਿਫਤਾਰੀ ਬਾਰੇ ਪਾਰਟੀਆਂ ਬਣਾ ਕੇ, ਅੱਡ ਅੱਡ ਪਾਰਟੀਆਂ ਬਣਾ ਕੇ ਰੇਡ ਕੀਤੇ ਜਾ ਰਹੇ, ਜਲਦ ਤੋਂ ਜਲਦ ਗ੍ਰਿਫਤਾਰ ਕੀਤੀ ਜਾਂਦੀ।